ਨੋਟਬੰਦੀ ਨੂੰ ਲੈ ਕੇ ਪੂਰੇ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਤੇ ਨੋਟਬੰਦੀ ਦੇ ਚਲਦੇ ਭਾਵੇਂ ਸਰਕਾਰ ਨੇ ਵਿਆਹ ਵਾਲੇ ਪਰਿਵਾਰਾਂ ਨੂੰ 2.5 ਲੱਖ ਰੁਪਏ ਦੀ ਨਕਦੀ ਕਢਵਾਉਣ ਦੀ ਛੋਟ ਦਿੱਤੀ ਹੈ, ਪਰ ਇਹਨਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਲੋਕਾਂ ਦਾ ਕਹਿਣਾ ਕਿ ਉਹਨਾਂ ਨੇ ਆਪਣੇ ਬੱਚਿਆਂ ਦੇ ਵਿਆਹ ਲਈ ਆਪਣੇ ਜੀਵਨ ਭਰ ਦੀ ਜਮ੍ਹਾਂ ਪੂੰਜੀ ਬੈਂਕਾਂ ਵਿੱਚੋਂ ਕਢਵਾਈ ਸੀ, ਜਿਹੜੀ ਕਿ ਹੁਣ ਬਲੈਕ ਮਨੀ ਬਣ ਗਈ ਹੈ, ਕਿਉਂਕਿ ਜਿਹੜੀ ਰਾਸ਼ੀ ਉਹਨਾਂ ਨੇ ਕਢਵਾਈ ਸੀ ਉਸ ਵਿੱਚ ਜ਼ਿਆਦਾਤਰ ਨੋਟ 500 ਦੇ ਜਾਂ ਫਿਰ 1000 ਰੁਪਏ ਦੇ ਨੇ, ਜਿਸ ਕਰਕੇ ਉਹ ਇਹ ਸੋਚਣ ਲਈ ਮਜਬੂਰ ਨੇ ਕਿ ਉਹ ਕੀ ਕਰਨ, ਅਤੇ ਨਾ ਤਾਂ ਬੈਂਕ ਵਾਲੇ ਇਹ ਪੈਸਾ ਲੈ ਰਹੇ ਨੇ ਅਤੇ ਨਾ ਹੀ ਦੁਕਾਨਦਾਰ। ਪੰਜਾਬ ਮੇ ਔਰ ਹਿੰਦੁਸਤਾਨ ਮੇ ਬਹੁਤ ਸਾਰੇ ਲੋਕ ਹੈ ਜਿਨਕੀ ਇਨ ਦਿਨੋਂ ਮੇ ਸ਼ਾਦੀ ਥੀ ਉਨਕੇ ਬੱਚੋਂ ਕੀ, ਸਭੀ ਇਸ ਪ੍ਰੋਬਲਮ ਕੋ ਫੇਸ ਕਰ ਰਹੇ ਹੈ। ਕਈ ਕੇਸ ਮੇਰੇ ਧਿਆਨ ਮੇ ਹੈ ਜਿਸ ਮੇ ਉਹਨੇ ਆਪਣੀ ਸ਼ਾਦੀ ਜੋ ਹੈ ਕੈਂਸਲ ਕੀ, ਕਈਓ ਨੇ ਆਪਣੀ ਡੇਟ ਪੋਸਟਪੋਨ ਕੀ, ਇਤਨੀ ਮੁਸ਼ਕਿਲ ਮੇ ਲੋਕ ਫਸੇ ਹੈ। ਲੇਕਿਨ ਸਰਕਾਰ ਜੋ ਹੈ ਵੋ ਵਹੀ ਬਾਤ ਹੈ ਕਿ ਨੀਰੋ ਬੰਸਰੀ ਬਜਾ ਰਿਹਾ ਹੈ ਔਰ ਲੋਕ ਪਰੇਸ਼ਾਨ ਹੈ। ਮੋਸਟਲੀ ਮੇਜਰ 500 and 1000 ਰੁਪੀਜ਼ ਕਰੰਸੀ ਲਈ ਥੀ, ਤੋ ਜਿਸਕੋ ਮੈਰਿਜ ਵਾਲੇ ਦਿਨੋਂ ਕੇ ਲੀਏ ਬਚਾ ਕੇ ਰੱਖਾ ਹੁਆ ਥਾ, ਜੋ ਬਿਲਕੁਲ ਬੇਕਾਰ ਹੋ ਗਈ। ਮਾਰਕੀਟ ਮੇ ਕੋਈ ਵੀ ਸ਼ੋਪਿੰਗ ਕਰਨੇ ਕੇ ਲੀਏ ਉਨ ਨੋਟੋ ਕੋ ਕੋਈ ਐਕਸੈਪਟ ਨਹੀਂ ਕਰ ਰਹਾ। ਜੋ ਕੁਛ ਕੀਆ ਵਿਦ ਪਰਸਨਲ ਰਿਲੇਸ਼ਨ ਸਮਾਜ ਕੀ ਕੋਆਪਰੇਸ਼ਨ ਸੇ, ਹਰ ਦੁਕਾਨਦਾਰ ਸੇ ਉਧਾਰ ਕਰਨੇ ਸੇ ਔਰ ਅਸ਼ੋਰੈਂਸ ਦੇਣੇ ਸੇ, ਸਰ ਵੋ ਅਰੇਂਜਮੈਂਟ ਸਾਰਾ ਸਮਾਜ ਕੀ ਕੋਆਪਰੇਸ਼ਨ ਸੇ, ਵਾਕਫ ਆਦਮੀਓ ਸੇ ਸਾਰਾ ਸਮਾਨ ਉਧਾਰ ਲੈਣੇ ਸੇ, ਉਸੀ ਸੇ ਹੁਆ। ਮੇਜਰ ਤੋ ਕਟ ਆਫ ਹੀ ਕਰਨਾ ਪੜਾ, ਜੋ ਚੀਜ਼ੇ ਮੇਜਰ ਚਾਹੀਏ ਥੀ ਉਨਕੋ ਬੜਾ ਸ਼ਾਰਟਕੱਟ ਸੇ ਤਰੀਕੇ ਸੇ